ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ অমূল্য ਲਿਖਤ ਹੈ ਜਿਸ ਦਾ ਸਿਰਲੇਖ ਹੈ ਗੁਰੂ ਜੀ ਦੇ ਤੀਰ ਇਸ ਵਿੱਚ ਅਲੱਗ-ਅਲੱਗ ਸਿਰਲੇਖਾਂ ਹੇਠ ਕਈ ਲਿਖਤਾਂ ਹਨ ਅਗਲੀ ਲਿਖਤ ਦਾ ਸਿਰਲੇਖ ਹੈ ਸੰਤ ਪੁਰਸ਼ਾਂ ਦੇ ਬਚਨ ਉਹ ਤੀਰ ਹੁੰਦੇ ਹਨ ਜੋ ਹਿਰਦੇ ਨੂੰ ਵਿੰਸੂਟਦੇ ਹਨ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਥੋਂ ਤੱਕ ਕਿ ਸਾਧ ਮੁਰਾਦੇ ਸਿਮਰਨ ਰਤੇ ਜੀਉੜੇ ਦੇ ਸਿੱਧੇ ਸਾਦੇ ਸ਼ਬਦ ਵੀ ਜਗਿਆਸੂਆਂ ਦੀ ਆਤਮਾ ਨੂੰ ਟੁੰਮ ਜਾਂਦੇ ਹਨ ਤੇ ਉਹਨਾਂ ਦਾ ਪ੍ਰਭਾਵ ਉਹਨਾਂ ਤੀਰਾਂ ਵਰਗਾ ਹੁੰਦਾ ਹੈ ਜੋ ਕਿਸੇ ਸ਼ਕਤੀਵਾਰ ਕਮਾਨ ਵਿੱਚੋਂ ਚਲਾਏ ਜਾਂਦੇ ਹਨ ਇਹਨਾਂ ਨਾਲ ਬੰਦਾ ਕਾਇਲ ਹੋ ਜਾਂਦਾ ਹੈ ਤੇ ਉਹ ਕੁਝ ਪੁੱਛਣ ਪੁਛਾਉਣ ਜੋਗਾ ਨਹੀਂ ਰਹਿੰਦਾ ਇਹ ਗੱਲ ਕੋਈ 1 2 ਸਾਲ ਲਈ ਨਹੀਂ ਵਾਪਰਦੀ ਸਗੋਂ ਸਦਾ ਲਈ ਨਿਭਦੀ ਹੈ हां जी फिर दोहरा दई ऐथों तक के साद मुरादे सिमरन रते जीवड़े दे सिद्दे सादे शब्द भी जगासूंआं दी आत्मा नु ਟੁੰ ਜਾਂਦੇ ਹਨ ते ओना दा ਪ੍ਰਭਾਵ ओना ਤੀਰਾਂ ਵਰਗਾ ਹੁੰਦਾ ਹੈ ਜੋ ਕਿਸੇ ਸ਼ਕਤੀਵਰ ਕਮਾਨ ਵਿੱਚੋਂ ਚਲਾਏ ਜਾਂਦੇ ਹਨ ਇਹਨਾਂ ਨਾਲ ਬੰਦਾ ਕਾਇਲ ਹੋ ਜਾਂਦਾ ਹੈ ਤੇ ਉਹ ਕੁਝ ਪੁੱਛਣ ਪੁਛਾਉਣ ਜੋਗਾ ਨਹੀਂ ਰਹਿੰਦਾ ਇਹ ਗੱਲ ਕੋਈ 1 2 ਸਾਲ ਲਈ ਨਹੀਂ ਵਾਪਰਦੀ ਸਗੋਂ ਸਦਾ ਲਈ ਨਿਭਦੀ ਹੈ ਕੁਝ ਹੋਰ ਨਾ ਪੁੱਛੋ ਬਸ ਨਵਾਂ ਜੀਵਨ ਆਰੰਭ ਕਰੋ ਇਤਨਾ ਕੁਝ ਹੀ ਕਾਫੀ ਹੈ ਹੁਣ ਤੁਸੀਂ ਉਸ ਪ੍ਰਭੂ ਦੇ ਹੋ ਚੁੱਕੇ ਹੋ ਉਹ ਤੁਹਾਡਾ ਹੋ ਚੁੱਕਾ ਹੈ ਤੁਸੀਂ ਉਸ ਉਤੇ ਇਸ ਤਰ੍ਹਾਂ ਭਰੋਸਾ ਰੱਖੋ ਜਿਵੇਂ ਇੱਕ ਇਸਤਰੀ ਮਰਤੇ ਭਰੋਸਾ ਰੱਖਦੀ ਹੈ ਜਿਸ ਦੀ ਕਿ ਉਹ ਹੋ ਚੁੱਕੀ ਹੁੰਦੀ ਹੈ ਇਹ ਤਾਂ ਸਿਮਰਨ ਦਾ ਅਮਲੀ ਜੀਵਨ ਹੁੰਦਾ ਹੈ ਜੋ ਮਹਾਨ ਵਿਅਕਤੀਆਂ ਨੂੰ ਸਦਾ ਉਤਸ਼ਾਹਤ ਰੱਖਦਾ ਹੈ ਉਹ ਉਹਨਾਂ ਬੁੱਧੀਜੀਵਿਆਂ ਦੇ ਕੋਲੋਂ ਪਾਸਾ ਵਟ ਕੇ ਲੰਘ ਜਾਂਦੇ ਹਨ ਜੋ ਅਸਲੀ ਮਹੱਤਵ ਤੇ ਅਭਿਜ ਰਹਿ ਕੇ ਸ਼ਬਦਾਂ ਦੇ ਬਾਣ ਚਲਾਉਂਦੇ ਰਹਿੰਦੇ ਹਨ ਹਾਂਜੀ ਫਿਰ ਦੁਹਰਾ ਦਈਏ ਤੁਸੀਂ ਉਸ ਉਤੇ ਇਸ ਤਰ੍ਹਾਂ ਭਰੋਸਾ ਰੱਖੋ ਜਿਵੇਂ ਕਿਸਤਰੀ ਮਰ ਤੇ ਭਰੋਸਾ ਰੱਖਦੀ ਹੈ ਜਿਸ ਦੀ ਕਿ ਉਹ ਹੋ ਚੁੱਕੀ ਹੁੰਦੀ ਹੈ ਇਹ ਤਾਂ ਸਿਮਰਨ ਦਾ ਅਮਲੀ ਜੀਵਨ ਹੁੰਦਾ ਹੈ ਜੋ ਮਹਾਨ ਵਿਅਕਤੀਆਂ ਨੂੰ ਸਦਾ ਉਤਸ਼ਾਹਿਤ ਰੱਖਦਾ ਹੈ ਉਹ ਉਹਨਾਂ ਬੁੱਧੀਜੀਵੀਆਂ ਦੇ ਕੋਲੋਂ ਪਾਸਾ ਵਟ ਕੇ ਲੰਘ ਜਾਂਦੇ ਹਨ ਜੋ ਅਸਲੀ ਮਹੱਤਵ ਤੋਂ ਅਪੇਜ ਰਹਿ ਕੇ ਸ਼ਬਦਾਂ ਦੇ ਬਾਣ ਚਲਾਉਂਦੇ ਰਹਿੰਦੇ ਹਨ ਅਗਲਾ ਜਿਹੜਾ ਸਿਰਲੇਖ ਹੈ ਉਹ ਹੈ ਆਤਮਕ ਜੀਵਨ ਦੀ ਅਨੰਤ ਵੰਸਵੰਤਾ ਜੀਵਨ ਦਾ ਜੋ ਕੁਝ ਸਾਕਾਰ ਦਿਖਾਈ ਦਿੰਦਾ ਹੈ ਇਹ ਉਸ ਤੋਂ ਬਹੁਤ ਕੁਝ ਵਧੇਰੇ ਹੁੰਦਾ ਹੈ ਮਨੁੱਖ ਦਾ ਆਪਣੇ ਆਪੇ ਨੂੰ ਇਕਾਗਰ ਚਿਤ ਹੋ ਮਹਾਨ ਗੁਰੂ ਨਾਲ ਜੋੜ ਲੈਣਾ ਸਿਮਰਨ ਦੁਆਰਾ ਉਸ ਸ਼ਾਂਤੀ ਤੇ ਸ਼ਕਤੀ ਦਾ ਬਣਦਾ ਜੋੜ ਹੁੰਦਾ ਹੈ ਜਿਸ ਨੂੰ ਕਿ ਅਸੀਂ ਸਿਮਰਨ ਦਾ ਫਲ ਕਹਿ ਸਕਦੇ ਹਾਂ ਪਰ ਫਿਰ ਵੀ ਇਸ ਪਰਮਾਨੰਦ ਦਾ ਅੰਦਰਲੀ ਗਿਰੀ ਜੰਕੇਂਦਰ ਬਿੰਦੂ ਸਿਮਰਨ ਹੀ ਹੁੰਦਾ ਹੈ ਇਸ ਲਈ ਜਦੋਂ ਤੁਸੀਂ ਕਿਸੇ ਇੱਕੋ ਸੱਚ ਉੱਤੇ ਆਪਣੇ ਆਪ ਨੂੰ ਕੇਂਦਰਿਤ ਕਰਦੇ ਹੋ ਤੇ ਇਸ ਉਤੇ ਪੂਰਨ ਅਭਿਆਸ ਨਾਲ ਜੁੜਦੇ ਹੋ ਤਾਂ ਇਸ ਸੱਚ ਤੋਂ ਬਹੁਤ ਕੁਝ ਪਰੇ ਦਾ ਵੀ ਤੁਹਾਨੂੰ बोध ਹੋ ਜਾਂਦਾ ਹੈ ਸਿਮਰਨ ਦਾ ਜੀਵਨ ਹਰ ਪ੍ਰਕਾਰ ਦੇ ਦੋਸ਼ ਪੂਰਨ ਵਰਣਾ ਤੋਂ ਪਰੇ ਹੈ ਅਤੇ ਬૌਧਿਕ ਤੌਰ ਤੇ ਇਸ ਦਾ ਕੋਈ ਵੀ ਠੀਕ ਠਾਕ ਪ੍ਰਮਾਣ ਪੇਸ਼ ਨਹੀਂ ਕੀਤਾ ਜਾ ਸਕਦਾ ਹਾਂਜੀ ਫਿਰ ਦੁਹਰਾ ਦਈਏ ਮਨੁੱਖ ਦਾ ਆਪਣੇ ਆਪ ਨੂੰ ਇਕਾਗਰ ਚੇਤੋਂ ਮਹਾਨ ਗੁਰੂ ਨਾਲ ਜੋੜ ਲੈਣਾ ਸਿਮਰਨ ਦੁਆਰਾ ਉਸ ਸ਼ਾਂਤੀ ਤੇ ਸ਼ਕਤੀ ਦਾ ਬਣਦਾ ਜੋੜ ਹੁੰਦਾ ਹੈ ਜਿਸ ਨੂੰ ਕਿ ਅਸੀਂ ਸਿਮਰਨ ਦਾ ਫਲ ਕਹਿ ਸਕਦੇ ਹਾਂ ਪਰ ਫਿਰ ਵੀ ਇਸ ਪਰਮ ਆਨੰਦ ਦਾ ਅੰਦਰਲੀ ਗਿਰੀ ਜਾਂ ਕੇਂਦਰ ਬਿੰਦੂ ਸਿਮਰਨ ਹੀ ਹੁੰਦਾ ਹੈ ਇਸ ਲਈ ਜਦੋਂ ਤੁਸੀਂ ਕਿਸੇ ਇੱਕੋ ਸੱਚ ਉਤੇ ਆਪਣੇ ਆਪ ਨੂੰ ਕੇਂਦ੍ਰਿਤ ਕਰਦੇ ਹੋ ਤੇ ਇਸ ਉਤੇ ਪੂਰਨ ਅਭਿਆਸ ਨਾਲ ਜੁੜਦੇ ਹੋ ਤਾਂ ਇਸ ਸੱਚ ਤੋਂ ਬਹੁਤ ਕੁਝ ਪਰੇ ਦਾ ਵੀ ਤੁਹਾਨੂੰ बोਧ ਹੋ ਜਾਂਦਾ ਹੈ सिमरन ਦਾ ਜੀਵਨ ਹਰ ਪ੍ਰਕਾਰ ਦੇ ਦੋਸ਼ਪੂਰਨ ਵਰਣਨਾ ਤੋਂ ਪਰੇ ਹੈ ਅਤੇ ਬૌਧਿਕ ਤੌਰ ਤੇ ਇਸ ਦਾ ਕੋਈ ਵੀ ਠੀਕ-ਠਾਕ ਪ੍ਰਮਾਣ ਪੇਸ਼ ਨਹੀਂ ਕੀਤਾ ਜਾ ਸਕਦਾ ਇਹ ਤਾਂ ਜੀਵਨ ਦੀ ਪੂਰਨਤਾ ਹੁੰਦੀ ਹੈ ਇਹ ਤਾਂ ਇੱਕ ਸੁੰਦਰ ਮੇ ਬੋਧ ਹੈ ਇੱਕ ਰੂਪ ਵਿੱਚ ਇਹ ਮਨੁੱਖ ਮਾਤਰ ਦਾ ਪ੍ਰੇਮ ਹੈ ਦੂਜੇ ਰੂਪ ਵਿੱਚ ਪ੍ਰਭੂ ਪ੍ਰੀਤਮ ਦਾ ਪ੍ਰੇਮ ਅਤੇ ਫਿਰ ਕਿਸੇ ਦਾ ਵੀ ਨਹੀਂ ਇਕ ਅਰਥਾਂ ਵਿੱਚ ਤਾਂ ਇਹ ਅਗੋਚਰ జగਤ ਦੀ ਤ੍ਰੈਗੁਣ ਅਤਿ ਪਰਮ ਚੇਤਨਤਾ ਹੈ ਜਿਸ ਨੂੰ ਕਿਸੇ ਪ੍ਰਤੀਕਾਂ ਜਾਂ ਚਿੰਨ੍ਹਾਂ ਵਿੱਚ ਨਹੀਂ ਬਨਿਆ ਜਾ ਸਕਦਾ ਪਰ ਦੂਜੇ ਅਰਥਾਂ ਵਿੱਚ ਇੱਕ ਅਜਿਹਾ ਅਰਧ ਸੱਚ ਹੁੰਦਾ ਹੈ ਜਿਸ ਨੂੰ ਵਹਿਮ ਭਰਮ ਅਤੇ ਜਜ਼ਬਿਆਂ ਦੇ ਧਾਗਿਆਂ ਨਾਲ ਬਨਿਆ ਜਾਂਦਾ ਹੈ ਇੱਕ ਰੂਪ ਵਿੱਚ ਤਾਂ ਇਹ ਸੰਪੂਰਨ ਪਸ਼ੂ ਜੀਵਨ ਵਾਲਾ ਪਦਰ ਹੋ ਸਕਦਾ ਹੈ ਤੇ ਦੂਜੇ ਅਰਥਾਂ ਵਿੱਚ ਪੂਰਨ ਨਿਰਮਾਨ ਦਾ ਕਿਸੇ ਸਮੇਂ ਦਾਲ ਰੋਟੀ ਦੇ ਕਰਮ ਨਾਲ ਜੁੜਿਆ ਹੁੰਦਾ ਹੈ ਤੇ ਦੂਜੇ ਸਮੇਂ ਮੌਤ ਵਰਗੀ ਭੁੱਖ ਮਰੀ ਨਾਲ ਤੁਸੀਂ ਇਸ ਆਵੇਸ਼ਗਤ ਪ੍ਰੇਰਣਾ ਯਾਨੀ ਅੰਬਰੀ ਕਾਂਗ ਨੂੰ ਕਿਸੇ ਇੱਕ ਰੂਪ ਜਾਂ ਮਨੋਦਸ਼ਾ ਨਾਲ ਨਹੀਂ ਜੋੜ ਸਕਦੇ ਇਸ ਲਈ ਇਸ ਸੰਬੰਧੀ ਤੁਹਾਡਾ ਸਾਰਾ ਫਲਸਫਾ ਤੇ ਦਰਸ਼ਨ ਦੂਰੋਂ ਹੀ ਪਰਬਤ ਸ਼ਿਖਰਾਂ ਦੇ ਮਨੋਰ ਦ੍ਰਿਸ਼ ਨੂੰ ਵੇਖਣ ਸਮਾਨ ਹੈ ਫਿਰਦੋਰਾ ਦੀ ਇਕ ਰੂਪ ਵਿੱਚ ਤਾਂ ਇਹ ਸੰਪੂਰਨ ਪਸ਼ੂ ਜੀਵਨ ਵਾਲਾ ਪਦਰ ਹੋ ਸਕਦਾ ਹੈ ਤੇ ਦੂਜੇ ਅਰਥਾਂ ਵਿੱਚ ਪੂਰਨ ਨਿਰਵਾਣ ਦਾ ਕਿਸੇ ਸਮੇ ਇਹ ਦਾਲ ਰੋਟੀ ਦੇ ਕਰਮ ਨਾਲ ਜੁੜਿਆ ਹੁੰਦਾ ਹੈ ਤੇ ਦੂਜੇ ਪਾਸੇ ਤੇ ਦੂਜੇ ਸਮੇ ਮੌਤ ਵਰਗੀ ਭੁੱਖ ਮਰੀ ਨਾਲ ਤੁਸੀਂ ਇਸ ਆਵੇਸ਼ਗਤ ਪ੍ਰੇਰਨਾ ਯਾਨੀ ਅੰਬਰੀ ਕਾਂਗ ਨੂੰ ਕਿਸੇ ਇੱਕ ਰੂਪ ਜਾਂ ਮਨੋਦਸ਼ਾ ਨਾਲ ਨਹੀਂ ਜੋੜ ਸਕਦੇ ਇਸ ਲਈ ਇਸ ਸੰਬੰਧੀ ਤੁਹਾਡਾ ਸਾਰਾ ਫਲਸਫਾ ਤੇ ਦਰਸ਼ਨ ਦੂਰੋਂ ਹੀ ਪਰਬਤ ਸ਼ਿਖਰਾਂ ਦੇ ਮਨੋਰ ਦ੍ਰਿਸ਼ ਨੂੰ ਵੇਖਣ ਸਮਾਨ ਹੈ ਕਦੀ ਤੁਸੀਂ ਉਹਨਾਂ ਨੂੰ ਸੂਰਜ ਦੀ ਸੁਨਹਿਰੀ ਟੋਪ ਵੇਖ ਤੱਕਦੇ ਹੋ ਕਦੀ ਗਾੜੀ ਧੁੰਦ ਵਿੱਚ ਰੰਗਾ ਰੂਪਾਂ ਦੀ ਇਹ ਅਨੰਤ ਰੂਪ ਦੀ ਵੰਸਵੰਤਾ ਹੀ ਤੁਹਾਡੇ ਸਮਿਤ ਸ਼ਬਦ ਦੇ ਵਰਣਨ ਵਿੱਚ ਸਾਕਾਰ ਹੁੰਦੀ ਹੈ ਇਸ ਦੇ ਵਨਸਵੰਨੇ ਰੰਗਾ ਨੂੰ ਨਾ ਤਾਂ ਤੁਹਾਡੇ ਸੁਰਾਂਗਲੇ ਚਿੱਤਰ ਹੀ ਪੂਰੀ ਤਰ੍ਹਾਂ ਸਾਕਾਰ ਕਰ ਸਕਦੇ ਹਨ ਤੇ ਨਾ ਹੀ ਤੁਹਾਡੀ ਕਵਿਤਾ ਭਾਵੇਂ ਉਹ ਕਿੰਨੇ ਵੀ ਸੰਗੀਤਮਈ ਤਾਲਾਂ ਤੇ ਅਲੰਕਾਰਾਂ ਵਿੱਚ ਸੰਗਠਿਤ ਕਿਉਂ ਨਾ ਹੋਵੇ ਜੋ ਕੁਝ ਵੀ ਸਾਨੂੰ ਆਤਮਾ ਵਿੱਚ ਡੂੰਘੇ ਅਨੁਭਵ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਉਹ ਸਾਡੇ ਸ਼ਬਦਾਂ ਤੇ ਹਾਂਜੂਆਂ ਤੋਂ ਵਧੇਰੇ ਡੂੰਘੇਰਾ ਤੇ ਗਹਿਰ ਗੰਭੀਰ ਹੁੰਦਾ ਹੈ ਜਦੋਂ ਅਸੀਂ ਕਿਸੇ ਉਸ ਵਸਤੂ ਦਾ ਪੂਰਾ ਪੂਰਾ ਵਰਣਨ ਨਹੀਂ ਕਰ ਸਕਦੇ ਜਿਸ ਨੂੰ ਅਸੀਂ ਚੰਗੀ ਤਰ੍ਹਾਂ ਵੇਖਦੇ ਭਾਖਦੇ ਹਾਂ ਤਾਂ ਫਿਰ ਆਤਮਾ ਦੀਆਂ ਦਸ਼ਾਵਾਂ ਤੇ ਵਰਤਾਰਿਆਂ ਬਾਰੇ ਠੀਕ ਵੇਰਵੇ ਦੇ ਕੇ ਕਥਨ ਕਰ ਸਕਣਾ ਕਿਵੇਂ ਸੰਭਵ ਹੋ ਸਕਦਾ ਹੈ ਇਸ ਦੇ ਤਾਂ ਅਸ਼ੰਕ ਚਲਕਾਰੇ ਹੀ ਕਥਨ ਕੀਤੇ ਜਾ ਸਕਦੇ ਹਨ ਕਿਉਂ ਜੋ ਇਹ ਸਭ ਕੁਝ ਅੰਬਰੀ ਕਾਂਗਾਦੀਨੀ ਵਾਪਰਿਆ ਹੁੰਦਾ ਹੈ ਸਿਮਰਨ ਤਾਂ ਪ੍ਰੇਮ ਦੀ ਪ੍ਰੇਰਣਾ ਦੇ ਪ੍ਰਕਾਸ਼ ਵਿੱਚ ਮਨੁੱਖ ਦਾ ਜਗਮਗਾਉ ਉਠਣਾ ਹੈ ਹਾਂਜੀ ਫਿਰ ਦੁਹਰਾ ਦਿਓ ਜਦੋਂ ਅਸੀਂ ਕਿਸੇ ਵਸਤੂ ਦਾ ਪੂਰਾ ਪੂਰਾ ਵਰਣਨ ਨਹੀਂ ਕਰ ਸਕਦੇ ਜਿਸ ਨੂੰ ਕਿ ਅਸੀਂ ਚੰਗੀ ਤਰ੍ਹਾਂ ਵੇਖਦੇ ਭਾਕਦੇ ਹਾਂ ਤਾਂ ਫਿਰ ਆਤਮਾ ਦੀਆਂ ਦਸ਼ਾਵਾਂ ਤੇ ਵਰਤਾਰਿਆਂ ਬਾਰੇ ਠੀਕ ਵੇਰਵੇ ਦੇ ਕੇ ਕਥਨ ਕਰ ਸਕਣਾ ਕਿਵੇਂ ਸੰਭਵ ਹੋ ਸਕਦਾ ਹੈ ਇਸ ਦੇ ਤਾਂ ਅਸ਼ੰਕ ਚਲਕਾਰੇ ਹੀ ਕਥਨ ਕੀਤੇ ਜਾ ਸਕਦੇ ਹਨ ਕਿਉਂ ਜੋ ਇਹ ਸਭ ਕੁਝ ਅੰਬਰੀ ਕਾਂਗਦੀਨੀ ਵਾਪਰ ਰਿਹਾ ਹੁੰਦਾ ਹੈ ਸਿਮਰਨ ਤਾਂ ਪ੍ਰੇਮ ਦੀ ਪ੍ਰੇਰਨਾ ਦੇ ਪ੍ਰਕਾਸ਼ ਵਿੱਚ ਮਨੁੱਖ ਦਾ ਜਗਮਗਾ ਉਠਣਾ ਹੈ ਅਗਲਾ ਸਿਰਲੇਖ ਹੈ ਅਬੋਲ ਪਾਸ਼ਾ ਅਬੋਲ ਰਹਿ ਕੇ ਵਿਚਰਨ ਦਾ ਯਤਨ ਕਰੋ ਨਾਮਰਤਾ ਜੀਵਨ ਦੀ ਆਪਣੇ ਆਪ ਵਿੱਚ ਸਭ ਤੋਂ ਵੱਡੀ ਅਭਿਵਿਅਕਤੀ ਹੈ ਹੋਣ ਤੇ ਹੋਣ ਦਾ ਅਹਿਸਾਸ ਜਾਂ ਸਾਰ ਜਾਂ ਆਧਾਰ ਨਹੀਂ ਹੈ ਭਾਵ ਉਸ ਦਾ ਹੋ ਰਹਿਣਾ ਹੀ ਪਰੋਸੇ ਦਾ ਸਾਰ ਨਹੀਂ ਹੈ ਦੂਰ ਪਰੇ ਉਹ ਤਨੁਖਤਾਰੀ ਬੈਠਾ ਹੈ ਉਧਰ ਤੱਕੋ ਕੀ ਉਸ ਦੇ ਤੀਰ ਨੇ ਤੁਹਾਨੂੰ ਵਿੰਨ ਸੁਟਿਆ ਹੈ ਹਾਂਜੀ ਫਿਰ ਦੁਹਰਾ ਦਿਓ ਅਬ ਬੋਲ ਰਹਿ ਕੇ ਵਿਚਰਨ ਦਾ ਯਤਨ ਕਰੋ ਨਾਮਰਤਾ ਜੀਵਨੀ ਆਪਣੇ ਆਪ ਵਿੱਚ ਸਭ ਤੋਂ ਵੱਡੀ ਅਭਿਵਿਅਕਤੀ ਹੈ ਹੁਣ ਤੇ ਹੋਣ ਦਾ ਅਹਿਸਾਸ ਦਾ ਸਾਰ ਜਾਂ ਆਧਾਰ ਨਹੀਂ ਹੈ ਯਾਨੀ ਉਸ ਦਾ ਹੋ ਰਹਿਣਾ ਹੀ ਭਰੋਸੇ ਦਾ ਸਾਰ ਨਹੀਂ ਹੈ ਦੂਰ ਪਰੇ ਉਹ ਤਨੁਕਤਾਰੀ ਬੈਠਾ ਹੈ ਉਧਰ ਤੱਕ ਕੀ ਉਸ ਦੇ ਤੀਰ ਨੇ ਤੁਹਾਨੂੰ ਵਿੰਸੁੱਟਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ